ਜਿਹੜਾ ਕਿਸਾਨੀ ਅੰਦੋਲਨ, ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼, ਕੇਂਦਰ ਸਰਕਾਰ ਦੇ ਖਿਲਾਫ਼ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੀ ਪੂਰੇ ਮੁਲਕ ਦੇ ਵਿੱਚ ਜਿਹੜੀ ਮੂਹਰੇ ਹੋ ਕੇ ਜਿਹੜੀ ਉਹ ਲੜਾਈ ਲੜੀ ਸੀ, ਸੋ ਉਹਦੇ ਵਿੱਚ ਸਾਡੇ ਸੈਂਕੜੇ ਜਿਹੜੇ ਕਿਸਾਨ ਨੇ ਜਿਹੜੇ ਸ਼ਹਾਦਤਾਂ ਪਾ ਗਏ ਸੀਗੇ, ਸ਼ਹੀਦ ਹੋਏ ਸੀਗੇ, ਸੋ ਉਹਨਾਂ ਵਾਰਸਾਂ ਦੇ, ਉਹਨਾਂ ਦੇ ਜਿਹੜੇ ਵਾਰਸ ਨੇ, ਕਿਉਂਕਿ ਪਰਿਵਾਰਕ ਜੀ ਜਦੋਂ ਮੋਢੀ ਉਹਨਾਂ ਦੇ ਤੁਰ ਗਏ ਤਾਂ ਪਿੱਛੇ ਪਰਿਵਾਰਕ ਜਿਹੜੇ ਹਾਲਾਤ ਸੀਗੇ ਕੋਈ ਜ਼ਿਆਦਾ ਚੰਗੇ ਨਹੀਂ ਰਹੇ। ਸੋ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਵੀ ਦਿੱਤੇ ਸੀ ਅਤੇ ਅੱਜ ਮੇਰੇ ਹਲਕੇ ਦੇ ਜਿਹੜੇ 10 ਪਿੰਡਾਂ ਦੇ ਜਿਹੜੇ ਕਿਸਾਨ ਪਰਿਵਾਰ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਨੇ ਦਰਜਾ 4 ਦੀ ਜਿਹੜੀਆਂ ਪੋਸਟਾਂ ਦੇ ਲਈ, ਔਰ ਵੱਖ ਵੱਖ ਏਰੀਆ ਦੇ ਵਿੱਚੋਂ ਜਿਹੜੇ ਅੱਜ ਆਏ ਨੇ, ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਸੰਗਰੂਰ ਪੂਨੀਆ ਕਲੋਨੀ ਤੋਂ ਵੀ ਹੈਗੇ ਨੇ, ਭਾਨੀਗੜ੍ਹ ਚਹਿਲਾਪੱਤੀ ਤੋਂ ਵੀ ਹੈਗੇ ਨੇ, ਸਪਰਾਉਦੀ ਆ, ਜੌਲੀਆਂ, ਕਪਿਆਲ ਆ, ਪਿੰਡਰ ਹੈ, ਮੰਗਵਾਲ ਆ, ਸੋ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਹਲਕੇ ਦੇ ਵਿੱਚ ਵੱਖ ਵੱਖ ਪਿੰਡਾਂ 'ਚੋਂ ਅੱਜ ਉਹਨਾਂ ਦੇ ਵਾਰਸ ਜਿਹੜੇ ਆਏ ਨੇ, ਅੱਜ ਉਹਨਾਂ ਨੂੰ ਮਾਣਯੋਗ SDM ਸੰਗਰੂਰ ਅਤੇ ਮਾਣਯੋਗ SDM ਭਾਨੀਗੜ੍ਹ ਦੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਤੇ ਸਾਡੇ ਸਾਰੇ ਵਲੰਟੀਅਰਾਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੇ ਨਿਯੁਕਤੀ ਪੱਤਰ ਜਿਹੜੇ ਉਹਨਾਂ ਨੂੰ ਮੇਰੇ ਸਾਹਿਬ ਪਹਿਲਾਂ ਵੀ ਨਿਯੁਕਤੀ ਪੱਤਰ ਮੰਡੀ ਗਏ ਸੀ, ਉਹ ਵੀ ਆਪਣੀ ਜੋਬ 'ਚ ਚਲੇ ਗਏ ਨੇ, ਉਹ ਮੰਡੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹਨਾਂ ਦਾ ਕੰਮ ਬਿਲਕੁਲ ਮਾਨ ਸਾਹਿਬ ਦੀ ਸੋਚ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਨਿਰੰਤਰ ਜਿਹੜੇ ਇਹਨਾਂ ਕੇਸਾਂ ਨੂੰ ਅਸੀਂ ਜਿਹੜੀ ਪੈਰਵਾਈ ਕਰਕੇ ਅਤੇ ਜਿਹੜੇ ਕਿਉਂਕਿ ਪਿਛਲੇ ਦਿਨ ਹੀ ਅਜੇ ਮੈਨੂੰ ਲੱਗਦਾ 15 ਕੁ ਦਿਨ ਪਹਿਲਾਂ ਅਸੀਂ ਜਿਹੜੇ ਦਿੱਤੇ ਆ ਅਤੇ ਅੱਜ ਦੂਸਰੀ ਲਿਸਟ ਜਿਹੜੀ ਜਾਰੀ ਹੋਈ ਆ, ਅਤੇ ਇਸੇ ਤਰ੍ਹਾਂ ਅਸੀਂ ਬੜੀ ਜਲਦੀ ਜਿਹੜੇ ਕੇਸ ਜਿਹੜੇ ਪੈਂਡਿੰਗ ਨੇ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਉਹਨਾਂ ਦੇ ਵਾਪਸਾਂ ਨੂੰ, ਕਿਉਂਕਿ ਦੇਖੋ ਤਾਂ ਪਰਿਵਾਰਕ ਜੀ ਉਹਨਾਂ ਦੇ ਮੋਢੀ ਤੁਰ ਗਏ ਨੇ ਅਤੇ ਘਰ ਨੂੰ ਚਲਾਉਣ ਵਾਲਾ ਜਦੋਂ ਬੰਦਾ ਚਲਿਆ ਜਾਂਦਾ ਉਹ ਵੀ ਇੱਕ ਸੰਘਰਸ਼ ਦੇ ਵਿੱਚ, ਜਦੋਂ ਸ਼ਹਾਦਤ ਆ ਜਾਂਦਾ ਤਾਂ ਪਿੱਛੋਂ ਪਰਿਵਾਰ ਦੀ ਜਿਹੜੀ ਆਰਥਿਕ ਦਸ਼ਾ ਜਿਹੜੀ ਉਹ ਵਿਗੜ ਜਾਂਦੀ ਆ। ਸੋ ਇਹ ਮੈਂ ਕਹੂੰਗੀ ਕਿ ਜ਼ਿਆਦਾ ਨਹੀਂ ਪਰ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮੱਲਮ ਲਾਉਣ ਦਾ ਜਿਹੜਾ ਕੰਮ ਹੈ ਜ਼ਰੂਰ। ਮੇਰੇ ਸਰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਤੇ ਦਿੱਤੀਆਂ ਗਈਆਂ? ਇਹ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀਗਾ ਤਾਂ ਉਸ ਦੌਰਾਨ ਜਿਹੜੇ ਵੀ ਉੱਥੇ ਸ਼ਹਾਦਤਾਂ ਪਾਏ ਸੀਗੇ ਗੌਰਮੈਂਟ ਦੀ ਪਾਲਿਸੀ ਦੇ ਅਕੋਰਡਿੰਗ ਉਹਨਾਂ ਨੂੰ ਵਿੱਚ ਲੈ ਕੇ ਜਿਹੜੀਆਂ ਦਰਜਾ 4 ਦੀਆਂ ਪੋਸਟਾਂ ਨੇ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਲਿਆ ਗਿਆ। ਸੋ ਜਿਹੜੇ ਵੀ ਪਰਿਵਾਰ ਜਿਹੜੇ ਨੇ ਬਹੁਤੇ ਪਰਿਵਾਰਾਂ ਨੂੰ ਜਿਹੜੀਆਂ ਮਿਲਦੀਆਂ ਅਤੇ ਬਾਕੀ ਮੈਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੀ ਦਾ, ਪੰਜਾਬ ਸਰਕਾਰ CM ਸਾਹਿਬ ਦਾ ਵੀ ਦੇ ਬਦੌਲਤ ਜਿਨ੍ਹਾਂ ਨੇ ਇਸ ਬੱਚੀ ਨੂੰ ਅੱਜ ਇੱਕ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ, ਬਹੁਤ ਬਹੁਤ ਧੰਨਵਾਦ ਕਰਦਾ। ਸਾਡਾ ਮਕਸਦ ਪੂਰਾ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੇ ਡੈਡੀ ਸਾਡੇ ਭਾਰਤੀ ਕਿਸਾਨ ਜੀ ਰਾਜੇਵਾਲ ਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਕਿਉਂਕਿ ਲੰਗਰ ਪ੍ਰਥਾ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਸੀਗੇ। ਇਸ ਕਰਕੇ ਇਹਨਾਂ ਦੀ ਸਾਡੀ ਜਥੇਬੰਦੀ ਨੇ, ਮੇਰੀ ਜਥੇਬੰਦੀ ਨੇ ਬਾਂਹ ਫੜੀ ਆ। ਪਹਿਲਾਂ ਵੀ ਇਹਨਾਂ ਨੂੰ ਇੱਕ ਮਾਲੀ ਸਹਾਇਤਾ ਵੀ ਦਵਾ ਚੁੱਕੇ ਹਾਂ, 5 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ, 3 ਲੱਖ ਰੁਪਈਆ ਤੇਲੰਗਾਨਾ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਚੰਦਰ ਸ਼ੇਖਰ ਜੀ ਚੰਡੀਗੜ੍ਹ ਆ ਕੇ ਦੇ ਕੇ ਗਏ ਸੀ ਕਿਉਂਕਿ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ। ਘਰ ਦੇ ਹਾਲਾਤ ਇਹਨਾਂ ਦੇ ਬਹੁਤ ਮਾੜੇ ਸੀਗੇ, ਘਰ ਨੀਵਾਂ ਸੀ, ਪਾਣੀ ਵੜ ਜਾਂਦਾ ਸੀਗਾ ਅੰਦਰ ਘਰਾਂ ਦੇ, ਕਿਉਂਕਿ ਮੈਂ ਅੱਜ ਮੇਰਾ ਜਿਹੜਾ ਆਖਰੀ ਮਕਸਦ ਸੀਗਾ ਵੀ ਉਹ ਅੱਜ ਪੂਰਾ ਹੋ ਚੁੱਕਿਆ। ਇਸ ਬੱਚੀ ਨੂੰ ਨੌਕਰੀ ਦੇ ਵਿੱਚ ਮੈਂ ਦਿਨ ਰਾਤ ਬਹੁਤ ਮਿਹਨਤ ਕੀਤੀ ਇਹ ਬੱਚੀ ਵਾਸਤੇ, ਮੇਰੀ ਜਥੇਬੰਦੀ ਨੇ, ਅਸੀਂ ਸਾਰਿਆਂ ਨੇ ਰਲ ਕੇ ਇਹਨੇ ਇਸ ਪਰਿਵਾਰ ਦਾ ਹੱਥ ਫੜਿਆ, ਬਾਂਹ ਫੜਿਆ ਤਾਂ ਕਿ ਇਹ ਪਰਿਵਾਰ ਆਪਣੀ ਰੋਜ਼ੀ ਰੋਟੀ ਕਮਾ ਸਕੇ।